ਮਾਰਨਿੰਗ ਸਲਾਈਟ ਪਿਆਰੇ ਬੱਚਿਓ, ਅੱਜ ਮਿਤੀ 7 ਸਤੰਬਰ 2024, ਦਿਨ ਸ਼ਨੀਵਾਰ, ਜਿਸ ਨੂੰ ਆਪਾਂ ਅੰਗਰੇਜ਼ੀ ਵਿੱਚ ਸੈਟਰਡੇ ਕਹਿੰਦੇ ਹਾਂ, SATURDAY, ਸੈਟਰਡੇ। ਆਓ ਕਰਦੇ ਹਾਂ ਅੱਜ ਦਾ ਵਿਚਾਰ, ਸੱਚੀ ਕੋਸ਼ਿਸ਼ ਕਦੇ ਵੀ ਬੇਕਾਰ ਨਹੀਂ ਜਾਂਦੀ। ਪਿਆਰੇ ਬੱਚਿਓ, ਜਦੋਂ ਵੀ ਅਸੀਂ ਕੋਈ ਦਿਲੋਂ ਮਨੋਂ ਲਗਨ ਦੇ ਨਾਲ ਸੱਚੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਸਫਲ ਹੁੰਦੇ ਹਾਂ। ਪਿਆਰੇ ਬੱਚਿਓ, ਸਾਨੂੰ ਕਦੇ ਵੀ ਕਿਸੇ ਕੰਮ ਨੂੰ ਕਰਨ ਤੋਂ ਘਬਰਾਉਣਾ ਨਹੀਂ ਚਾਹੀਦਾ, ਅਤੇ ਜੋ ਵੀ ਸਾਨੂੰ ਡਿਊਟੀ, ਜੋ ਵੀ ਸਾਨੂੰ ਕੰਮ ਮਿਲ ਜਾਂਦਾ ਹੈ, ਉਸ ਨੂੰ ਮਨ ਦੇ ਨਾਲ, ਲਗਨ ਦੇ ਨਾਲ ਕਰਨਾ ਚਾਹੀਦਾ ਹੈ। ਬੱਚਿਓ, ਜੇਕਰ ਅਸੀਂ ਕੁਝ ਧਾਰ ਲੈਂਦੇ ਹਾਂ, ਕੁਝ ਸੋਚ ਲੈਂਦੇ ਹਾਂ, ਜਾਂ ਅਸੀਂ ਕੋਈ ਸੁਪਨਾ, ਕੋਈ ਮੰਜ਼ਿਲ ਪ੍ਰਾਪਤ ਕਰਨਾ ਚਾਹੁੰਦੇ ਹਾਂ, ਤਾਂ ਉਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਉਸ ਸੁਪਨੇ, ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਸੱਚੀ ਕੋਸ਼ਿਸ਼ ਕਰਦੇ ਹਾਂ। ਬੱਚਿਓ, ਹੋ ਸਕਦਾ ਹੈ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਹਾਂ, ਕੋਈ ਕੋਸ਼ਿਸ਼ ਕਰਦੇ ਹਾਂ, ਤਾਂ ਪਹਿਲੀ ਵਾਰ ਵਿੱਚ ਸਾਨੂੰ ਸਫਲਤਾ ਨਾ ਮਿਲੇ। ਪਰ ਬੱਚਿਓ, ਜ਼ਿੰਦਗੀ ਵਿੱਚ ਜਦੋਂ ਵੀ ਕਦੇ ਅਸੀਂ ਅਸਫਲ ਹੋਈਏ ਤਾਂ ਘਬਰਾਉਣਾ ਨਹੀਂ। ਹਮੇਸ਼ਾ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਵਾਰ ਵਾਰ ਕੋਸ਼ਿਸ਼ ਕਰਦੇ ਹਨ। ਸੋ ਬੱਚਿਓ, ਜ਼ਿੰਦਗੀ ਵਿੱਚ ਆਪਣੇ ਸੁਪਨੇ, ਆਪਣੀਆਂ ਮੰਜ਼ਿਲਾਂ ਪ੍ਰਾਪਤ ਕਰਨ ਦੇ ਲਈ ਹਮੇਸ਼ਾ ਕੋਸ਼ਿਸ਼ ਕਰਦੇ ਰਹਿਣਾ, ਆਪਣੇ ਸਮੇਂ ਨੂੰ ਕਦੇ ਵੀ ਵੇਸਟ ਨਾ ਕਰਨਾ। ਜੇਕਰ ਕੋਸ਼ਿਸ਼ ਸੱਚੀ ਹੈ ਤਾਂ ਤੁਸੀਂ ਜ਼ਰੂਰ ਹੀ ਸਫਲ ਹੋਵੋਗੇ। ਆਓ ਕਰਦੇ ਹਾਂ ਗਿਆਨ ਵਿਗਿਆਨ। ਪੰਜਾਬ ਦੇ ਕੋਈ 10 ਜ਼ਿਲ੍ਹਿਆਂ ਦੇ ਨਾਮ ਦੱਸੋ। ਪਹਿਲੇ ਬੱਚਿਓ, ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਅੰਮ੍ਰਿਤਸਰ, ਬਰਨਾਲਾ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਹੁਸ਼ਿਆਰਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਮੋਗਾ, ਲੁਧਿਆਣਾ ਆਦਿ ਆ ਜਾਂਦੇ ਹਨ। ਭਾਰਤ ਦੇ ਕੋਈ 5 ਪ੍ਰਾਂਤਾਂ ਦੇ ਨਾਮ ਦੱਸੋ। ਬੱਚਿਓ, ਭਾਰਤ ਦੇ ਪ੍ਰਾਂਤ ਜਾਂ ਰਾਜ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਹਿਮਾਚਲ, ਗੋਆ, ਗੁਜਰਾਤ, ਕੇਰਲਾ ਆਦਿ ਆ ਜਾਂਦੇ ਹਨ। ਅੰਤਰਰਾਸ਼ਟਰੀ ਅਧਿਆਪਕ ਦਿਵਸ ਕਦੋਂ ਮਨਾਇਆ ਜਾਂਦਾ ਹੈ? ਬੱਚਿਓ, ਅੰਤਰਰਾਸ਼ਟਰੀ ਅਧਿਆਪਕ ਦਿਵਸ 5 ਅਕਤੂਬਰ ਨੂੰ ਮਨਾਇਆ ਜਾਂਦਾ ਹੈ। ਧਰਤੀ 'ਤੇ ਕਿੰਨੇ ਪ੍ਰਤੀਸ਼ਤ ਪਾਣੀ ਹੈ? ਬੱਚਿਓ, ਧਰਤੀ 'ਤੇ 71% ਪਾਣੀ ਹੈ। ਇੱਕ ਮਿੰਟ ਵਿੱਚ ਕਿੰਨੇ ਸੈਕਿੰਡ ਹੁੰਦੇ ਹਨ? ਬੱਚਿਓ, ਇੱਕ ਮਿੰਟ ਦੇ ਵਿੱਚ 60 ਸੈਕਿੰਡ ਹੁੰਦੇ ਹਨ। ਆਓ ਬੁਝੀਏ ਜਾਂ ਅੱਜ ਦੀ ਬੁਝਾਰਤ। ਪਲਾਸਟਿਕ ਦਾ ਇਹ ਬਣਿਆ ਸਾਰਾ, ਪੈਨਸਿਲ ਦਾ ਇਹ ਖਾਵੇ ਚਾਰਾ, ਨਿੱਕਾ ਜਿਹਾ ਇਹ ਲੱਕੜ ਹਾਰਾ। ਪਿਆਰੇ ਬੱਚਿਓ, ਜੋ ਅੱਜ ਦੀ ਬੁਝਾਰਤ ਹੈ ਉਸ ਦਾ ਉੱਤਰ ਹੈ ਸ਼ਾਰਪਨਰ। ਆਓ ਕਰਦੇ ਹਾਂ ਵਰਡਸ ਫਾਰ ਪ੍ਰੈਕਟਿਸ। ਵਰਡ ਇਜ਼ ਵੈਰੀ, VERY, ਵੈਰੀ। ਵੈਰੀ ਮੀਨ ਬਹੁਤ। ਸੈਕਿੰਡ ਵਰਡ ਇਜ਼ ਮੈਨੀ, MANY, ਮੈਨੀ। ਮੈਨੀ ਮੀਨਸ ਬਹੁਤ ਜ਼ਿਆਦਾ, ਗਿਣਤੀ ਵਿੱਚ ਜ਼ਿਆਦਾ ਹੋਣਾ। ਨੈਕਸਟ ਵਰਡ ਇਜ਼ ਮੋਰ, MORE, ਮੋਰ। ਮੋਰ ਮੀਨਸ ਜ਼ਿਆਦਾ। ਨੈਕਸਟ ਵਰਡ ਇਜ਼ ਲੈਸ, LESS, ਲੈਸ। ਲੈਸ ਮੀਨ ਘੱਟ, ਗਿਣਤੀ ਵਿੱਚ ਕਿਸੇ ਚੀਜ਼ ਦਾ ਜਦੋਂ ਘੱਟ ਹੋਣਾ ਉਸਨੂੰ ਅਸੀਂ ਲੈਸ ਕਹਿੰਦੇ ਹਾਂ। ਨੈਕਸਟ ਵਰਡ ਇਜ਼ ਲਿਟਲ, LITTLE,
double T L E little. Little means ਛੋਟਾ. ਬੱਚਿਓ ਇਹ ਸੀ ਸਾਡੀ ਅੱਜ ਦੀ ਮੋਰਨਿੰਗ ਸਲਾਈਡ. ਆਸ ਕਰਦਾ ਹਾਂ ਕਿ ਜੋ ਵੀ ਆਪਾਂ ਅੱਜ ਇਹਦੇ ਵਿੱਚ ਸੁਣਿਆ ਜਾਂ ਦੇਖਿਆ ਹੈ ਉਸ ਨੂੰ ਤੁਸੀਂ ਹਮੇਸ਼ਾ ਯਾਦ ਰੱਖੋਗੇ ਅਤੇ ਆਪਣੇ ਗਿਆਨ ਵਿੱਚ ਵਾਧਾ ਕਰਦੇ ਰਹੋਗੇ. ਥੈਂਕਸ ਫਾਰ ਵਾਚਿੰਗ.